ਹਾਂਜੀ ਡੀਅਰ ਸਟੂਡੈਂਟਸ ਆਫ ਕਲਾਸ ਪਲੱਸ 1 ਐਂਡ ਪਲੱਸ 2 ਤੁਹਾਡੇ ਲਈ ਮੈਂ ਇੱਕ ਵੀਡੀਓ ਹੋਰ ਲੈ ਕੇ ਆਜਾ ਹਾਂ ਇਹ ਪਾਰਟ 4 ਆ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਅਸੀਂ ਰਿਵਾਈਜ਼ ਕਰਨ ਜਾ ਰਹੇ ਹਾਂ ਰੀਡਿੰਗ ਕੰਪਰੀਹੈਂਸਨਸ ਸੋ ਪਹਿਲੀਆਂ ਤਿੰਨ ਵੀਡੀਓਜ਼ ਵੀ ਬੇਟਾ ਜ਼ਰੂਰ ਦੇਖ ਲੈਣੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਤਿੰਨ ਪੈਸੇਸ ਸੋਲਵ ਕਰਾਂਗੇ ਜਿਹੜੇ ਤੁਹਾਡੇ ਟਰਮ ਬੰਡ ਐਗਜ਼ਾਮ ਲਈ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣਗੇ ਠੀਕ ਹੈ ਸੋ ਵੀਡੀਓ ਨੂੰ ਧਿਆਨ ਨਾਲ ਦੇਖ ਲੈਣਾ ਤਾਂ ਕਿ ਤੁਹਾਨੂੰ ਸਾਰੇ ਆਨਸਰਸ ਪਤਾ ਲੱਗ ਜਾਣ ਸੋ ਕਰਦੇ ਹਾਂ ਸਟਾਰਟ ਬੇਟਾ ਹਾਂਜੀ ਬੇਟਾ ਪਿਛਲੇ ਜਿਹੜਾ ਆਪਾਂ ਪਾਰਟ 3 ਬਣਾਇਆ ਸੀ ਉਹਦੇ ਵਿੱਚ ਆਪਾਂ ਪਹਿਲੇ 4 ਪੈਰਾਗ੍ਰਾਫ ਸੀ ਜਿਹੜੇ ਸਵਾਰ ਆਲੇ ਜਿਹੜੀ ਤੁਹਾਨੂੰ ਵੀਡੀਓ ਪ੍ਰਾਪਤ ਹੋਈ ਆ ਉਹਦੇ ਚੋ ਸੋਲਵ ਕਰਲੇ ਸੀ ਮੈਂ ਤੁਹਾਨੂੰ ਕਲਾਸ 'ਚ ਵੀ ਇਹ ਦਿੱਤੇ ਸੀਗੇ ਆਈ ਥਿੰਕ ਬਹੁਤੇ ਬੱਚਿਆਂ ਨੇ ਕਰਿਆ ਪਰ ਥੋੜੀ ਜੀ ਆਨਸਰਸ ਦੇ ਵਿੱਚ ਡਾਊਟਫੁਲ ਸੀ ਸੋ ਹੁਣ ਸਾਰੇ ਆਨਸਰਸ ਤੁਹਾਨੂੰ ਚੈੱਕ ਹੋ ਜਾਣਗੇ ਜਿਨ੍ਹਾਂ ਨੇ ਠੀਕ ਨਹੀਂ ਉਹਨਾਂ ਨੂੰ ਵੀ ਪਤਾ ਲੱਗ ਜੂ ਜਿਨ੍ਹਾਂ ਨੇ ਬਿਲਕੁਲ ਕੁਝ ਨਹੀਂ ਕੀਤਾ ਉਹ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖ ਲੈਣ ਸੋ ਇਹ ਫਰਸਟ ਪੈਸੇਜ ਆ ਜਿਹੜਾ ਬਟਾ ਪਲਾਸਟਿਕ ਵਾਲਾ ਪਲਾਸਟਿਕ ਫ੍ਰੋਮ ਐਨ ਇੰਪੋਰਟੈਂਟ ਕਲਾਸ ਆਫ ਸਿੰਥੈਟਿਕਸ ਸੀਕਾ ਇਹ ਤੁਹਾਡੇ ਇਹ ਪੈਸੇਜ ਨੇ ਜਿਹੜੇ ਸਾਰੇ ਤੁਹਾਡੀ ਵਰਕ ਬੁੱਕ ਤੋਂ ਨਹੀਂ ਬਟਾ ਸੋ ਇੱਥੋਂ ਤੁਸੀਂ ਇੱਕ ਪਹਿਚਾਨ ਕਰਨੀ ਆ ਕਿ ਇਹ ਵਾਲਾ ਪੈਸੇਜ ਆ ਤੇ ਤੁਸੀਂ ਉੱਥੋਂ ਜਾ ਕੇ ਇਸ ਪੈਸੇਜ ਨੂੰ ਰੀਡ ਕਰ ਲੈਣਾ ਹਾ ਕੁਐਸਚਨਸ ਦਾ ਫਰਕ ਹੈ ਉਥੇ ਕਈ ਵਾਰ ਇਹ ਸਪੈਸ ਤੋਂ 6 ਕੁਐਸਚਨ ਪੁੱਛੇ ਗਏ ਨੇ ਇੱਥੇ 10 ਨੇ ਸੋ ਕੁਐਸਚਨ ਤੁਹਾਡੇ ਡਿਫਰੈਂਟ ਨੇ ਸੋ ਉਹਨਾਂ ਨੂੰ ਧਿਆਨ ਨਾਲ ਸੁਣ ਲੈਣਾ ਮੈਂ ਇੱਥੇ ਪੈਰਾ ਨਹੀਂ ਪੜਾਂਗੀ ਸਾਰਾ ਟਾਈਮ ਨਹੀਂ ਕੰਜ਼ੂਮ ਕਰਨਾ ਸਿਰਫ ਆਨਸਰਸ ਡਿਸਕਸ ਕਰਾਂਗੇ ਆਪਾਂ ਠੀਕ ਹੈ ਇੰਪੋਰਟੈਂਟ ਕਲਾਸ ਆਫ ਸynthेटिक ਦੀ ਆ ਇਹ ਪੋਲੀਮਰ ਵੀ ਕਹਿੰਦੇ ਨੇ ਇਹਨੂੰ ਠੀਕ ਹੈ ਇਹਦੇ ਕੀ ਬਣਦੇ ਨੇ ਕੰਟੇਨਰ ਵਗੈਰਾ ਬਣਦੇ ਆ ਮਾਈਕ੍ਰੋਵੇਵ ਜਿਹੜੇ ਯੂਜ਼ ਹੁੰਦੇ ਆ ਜਾਂ ਫ੍ਰੀਜਰੇਟਰ ਦੇ ਜਿਹੜੇ ਹੈਂਡਲ ਵਗੈਰਾ ਨੇ ਉਹ ਪੂਰ ਕਿਉਂਕਿ ਪਲਾਸਟਿਕ ਆ ਜਿਹੜਾ ਪੂਰ ਕੰਡਕਟਰ ਆ ਹੀਟ ਦਾ ਸੋ ਇਹ ਮੇਨ ਗੱਲ ਆ ਇਸ ਪੈਰੇ ਦੇ ਵਿੱਚ ਹੁਣ ਆਪਾਂ ਇਹਦੇ ਨਾਲ ਰਿਲੇਟਡ ਜਦੋਂ ਪਲਾਸਟਿਕ ਜਲਦਾ ਐਂਡ ਤੇ ਇਹ ਗੱਲ ਕੀਤੀ ਗਈ ਆ ਉਹ ਪ੍ਰੋਡਿਊਸ ਕਰਦਾ ਟੌਕਸਿਕ ਗੈਸਸਿਸ ਤੇ ਸਮੋਕ ਹੁਣ ਆਪਾਂ ਦੇਖੋ ਇਹਦੇ ਕੁਐਸਚਨਸ ਦਾ ਅਦਰ ਨੇਮ ਆਫ ਪਲਾਸਟਿਕ ਇਸ ਕਾਲਡ ਪੋਲੀਮਰ ਸੋ ਪਹਿਲੇ ਹੀ ਆ ਉਦ ਲੈਨ ਦੇ ਵਿੱਚ ਸਾਨੂੰ ਇਹ ਮਿਲਿਆ ਸੀ ਪੋਲੀਮਰ ਸੈਕੰਡ ਹੈਗਾ ਪਲਾਸਟਿਕਸ ਆਰ ਆਲਸੋ ਪੂਰ ਕੰਡਕਟਰ ਆਫ ਹੀਟ ਨਾਟ ਆ ਗੁੱਡ ਸਮਾਰਟ অর ਗ੍ਰੇਟ ਇਹਦਾ ਆਨਸਰ ਆ ਪੂਰ ਥਰਡ ਕੁਐਸਚਨ ਆ ਪਲਾਸਟਿਕਸ ਆਰ ਐਨ ਇੰਪੋਰਟੈਂਟ ਕਲਾਸ ਆਫ ਸਿੰਥੈਟਿਕਸ ਸੋ ਇਹਦਾ ਸੀ ਆਨਸਰ ਆ ਬੇਟਾ ਫੋਰਥ ਵਨ ਆ ਜਿਹੜਾ ਅੰਤਨਮ ਪੁੱਛਿਆ ਗਿਆ ਵਿਰੋਧੀ ਸ਼ਬਦ ਬੈਨੀਫਿਟਸ ਦਾ ਸੋ ਹੈਜ਼ਰਡਸ ਇਥੇ ਓਕੇ ਬਹੁਤ ਸਾਰੇ ਇਹਨਾਂ ਵਿਰੋਧੀ ਸ਼ਬਦ ਪਰ ਆਪਾਂ ਨੂੰ ਜਿਹੜੇ ਚਾਰ ਆਪਸ਼ਨਸ ਪ੍ਰੋਵਾਈਡ ਕਰਵਾਈਆਂ ਗਈਆਂ ਨੇ ਅਸੀਂ ਉਹਨਾਂ ਦੇ ਵਿੱਚੋਂ ਜਿਹੜਾ ਜ਼ਿਆਦਾ ਢੁੱਕਦਾ ਉਹ ਚੂਜ਼ ਕਰਨਾ ਸੋ ਬੀ ਆਨਸਰ ਹੈ ਕੁਐਸਚਨ ਨੰਬਰ 5 ਟੂ ਕੀਪ ਦਾ এনवायरमेंट ਫਰੀ ਆਫ ਕਿਹੜੀ ਚੀਜ਼ ਤੋਂ এনवायरमेंट ਨੂੰ ਫ੍ਰੀ ਰੱਖਣ ਦੀ ਗੱਲ ਕੀਤੀ ਜਾ ਰਹੀ ਆ ਗ੍ਰੀਨ ਬੈਨੀਫਿਟਸ ਡਰਟੀ ਵੀ ਸ਼ੁੱਡ ਯੂਜ਼ ਬਾਇਓ ਡਿਗ੍ਰੇਡੇਬਲ এনवायरमेंट ਫ੍ਰੈਂਡਲੀ ਪਲਾਸਟਿਕ ਸਾਨੂੰ ਕਹਿੰਦੇ ਐਨਵਾਇਰਨਮੈਂਟ ਫ੍ਰੈਂਡਲੀ ਪਲਾਸਟਿਕ ਜਿਹੜਾ ਯੂਜ਼ ਕਰਨਾ ਚਾਹੀਦਾ এনवायरमेंट ਨੂੰ ਫ੍ਰੀ ਰੱਖਣ ਲਈ ਡਰਟ ਤੋਂ ਵੀ ਹੋ ਸਕਦਾ ਇਥੇ ਡਰਟੀ ਗੰਦਗੀ ਤੋਂ ਹਨਾ ਗੰਦਗੀ ਕਿਵੇਂ ਇਹਦੇ ਚ ਆ ਸਕਦਾ ਵੀ ਅਸੀਂ ਜਿਹੜਾ ਪਲਾਸਟਿਕ ਯੂਜ਼ ਕਰਦੇ ਆ ਹਨਾ ਜਾਂ ਉਹਨੂੰ ਬਰਨ ਕਰਦੇ ਆ ਆਪਾਂ ਨੂੰ ਟਾਕਸਿਕ ਗੈਸ ਪੈਦਾ ਕਰਦਾ ਸੋ ਇਹਦਾ ਆਨਸਰ ਡਰਟੀ ਵੀ ਹੋ ਸਕਦਾ ਤੇ ਹੈਜ਼ਰਡਸ ਵੀ ਹੋ ਸਕਦਾ ਹਨਾ ਫ੍ਰੀ ਫਰਮ ਡਰਟੀ ਜਾਂ ਫ੍ਰੀ ਫਰਮ ਹੈਜ਼ਰਡਸ ਜਿਹੜੇ ਨੁਕਸਾਨ ਨਹੀਂ ਉਹਨਾਂ ਤੋਂ ਫ੍ਰੀ ਰੱਖਣ ਲਈ ਸਾਨੂੰ ਬਾਇਓ ਡਿਗਰੇਡੇਬਲ এনवायरमेंट सो ਤੁਸੀਂ ਇਹਦਾ ਡੀ ਆਨਸਰ ਲਾਇਓ ਓਕੇ ਨੈਕਸਟ ਵਨ ਸਿਕਸ ਪਲਾਸਟਿਕਸ ਆਰ ਯੂਜ਼ਡ ਟੂ ਮੇਕਿੰਗ ਕੰਟੇਨਰਸ ਟੂ ਬੀ ਯੂਜ਼ਡ ਇਨ ਮਾਈਕ੍ਰੋਵੇਵ ਬਿਕਾਉਜ਼ ਦੇ ਆਰ ਹੁਣ ਮੈਂ ਉੱਪਰ ਦੱਸ ਕੇ ਹਟੀ ਸੀ ਕਿਉਂਕਿ ਪੂਰ ਕੰਡਕਟਰ ਆਫ ਹੀਟ ਨੇ ਜਿਹੜੇ ਇਹ ਪਲਾਸਟਿਕ ਨੇ ਇਸੇ ਲਈ ਜਿਹੜੇ ਕੰਟੇਨਰ ਵਗੈਰਾ ਨੇ ਪਲਾਸਟਿਕ ਦੇ ਬਣਾਏ ਜਾਂਦੇ ਨੇ ਜਦੋਂ ਅਸੀਂ ਉਹਦੇ ਵਿੱਚ ਰੱਖਦੇ ਆ ਉਹਨੂੰ ਧਰਦੇ ਆ ਬਾਹਰ ਕੱਢਦੇ ਆ ਸਾਨੂੰ ਜਿਹੜੀ ਆ ਹੀਟ ਨਾ ਲੱਗੇ ਸੋ ਬੀ ਆਨਸਰ ਹੈ ਨੈਕਸਟ ਵਨ ਵੀ ਆਪਾਂ ਉੱਪਰ ਕਰ ਲਿਆ ਪਲਾਸਟਿਕ ਜਦੋਂ ਬਰਨਟ ਕੀਤਾ ਜਾਂਦਾ ਕੀ ਪ੍ਰੋਡਿਊਸ ਕਰਦਾ ਟੌਕਸਿਕ ਗੈਸਸਿਸ ਐਂਡ স্মੋਕ ਧੂਆਂ ਅਤੇ ਜ਼ਹਿਰੀਲੀਆਂ ਗੈਸਾਂ ਨੈਕਸਟ ਵਨ ਹੈ ਹਾਂਜੀ ਇਹ ਵਰਡ ਆ ਗਿਆ ਇਹਦਾ ਮੀਨਿੰਗ ਹੁੰਦਾਗਾ ਬੇਟਾ ਆਪਾਂ ਕੀ ਕਹਾਂਗੇ ਪਾਣੀ ਜਾਂ ਪਾਣੀ ਦੇ ਨੇੜੇ ਦੀ ਜਿਹੜੀ ਜ਼ਿੰਦਗੀ ਆ ਜੀਵ ਜੰਤੂ ਰਹਿੰਦੇ ਨੇ ਇਹਨੂੰ ਕਹਿੰਦੇ ਐਕਵਾਟਿਕ ਠੀਕ ਆ ਸੋ ਇਹਦੇ ਵਿੱਚ ਸਾਡੇ ਕੋਲੇ ਪਾਣੀ ਦਾ ਕੀ ਪਿਆ ਇੱਥੇ ਵਾਟਰ ਪਿਆ ਸੋ ਅਸੀਂ ਇਹਨੂੰ ਵਾਟਰ ਚੂਜ਼ ਕਰਾਂਗੇ ਨੈਕਸਟ 9th ਕੁਐਸਚਨ ਆ ਵਿਚ ਸਟੇਟਮੈਂਟ ਇਜ਼ ਫਾਲਸ ਅਕੋਰਡਿੰਗ ਟੂ ਦਾ ਪੈਸੇਜ ਪੈਸੇਜ ਦੇ ਹਿਸਾਬ ਨਾਲ ਠੀਕ ਆ ਜੋ ਜੋ ਪੈਸੇਜ ਦੇ ਵਿੱਚ ਗੱਲਾਂ ਹੋਈਆਂ ਨੇ ਸਿਰਫ ਉਹਦੇ ਹਿਸਾਬ ਨਾਲ ਕਿਹੜੀ ਆ ਜਿਹੜੀ ਸਟੇਟਮੈਂਟ ਫਾਲਸ ਆ ਉਹਦੇ ਚ ਪੂਰ ਕੰਡਕਟਰ ਦੀ ਗੱਲ ਹੋ ਰਹੀ ਹੈ ਵਾਰ-ਵਾਰ ਠੀਕ ਸੋ ਇੱਥੇ ਗੁੱਡ ਕੰਡਕਟਰ ਲਿਖਿਆ ਹੋਇਆ ਟੋਟਲੀ ਫਾਲਸ ਆ ਅਸੀਂ ਇਹ ਚੂਜ਼ ਕਰਾਂਗੇ 10th ਕੁਐਸਚਨ ਆ ਵਟ ਸ਼ੁਡ ਬੀ ਡਨ ਟੂ ਸੇਵ ਦਾ এনवायरमेंट ਫ্রম ਪਲਾਸਟਿਕ ਅਕਿਊਮੂਲੇਸ਼ਨ ਐਂਡ ਡਿਸਪੋਜ਼ਲ ਕੀ ਕਰਾਂਗੇ ਸਾਰੀਆਂ ਚੀਜ਼ਾਂ ਕਰਾਂਗੇ ਅਸੀਂ ਰਿਡਿਊਸ ਕਰਾਂਗੇ ਪਲਾਸਟਿਕ ਯੂਜ਼ ਕਰਨਾ ਰੀਸਾਈਕਲ ਕਰਾਂਗੇ ਚੀਜ਼ਾਂ ਨੂੰ ਮਤਲਬ ਦੁਬਾਰ ਤੋਸ ਪਲਾਸਟਿਕ ਤੋਂ ਹੋਰ ਚੀਜ਼ਾਂ ਬਣਾਈਆਂ ਜਾਣਗੀਆਂ ਬਾਇਓਡੀਗਰੇਡੇਬਲ ਪਲਾਸਟਿਕਸ ਯੂਜ਼ ਕਰਾਂਗੇ ਸੋ 올 ਆਫ 올 ਦਾ ਆਬਬ ਜੋ 올 ਆਫ ਦਾ ਆਬਬ ਜੋ ਵੀ ਹੈ ਇਹ ਆਨਸਰ ਅਸੀਂ ਚੂਜ਼ ਕਰਾਂਗੇ ਦੇ ਲਈ ਠੀਕ ਹੈ ਸੋ ਨੈਕਸਟ ਵਨ ਦੇਖੋ ਬਟਾ ਅਗਲਾ ਜਿਹੜਾ ਰੀਡਿੰਗ ਪੇजेस ਆ ਤੁਹਾਡਾ ਉਹਦੇ ਵੱਲ ਚੱਲਦੇ ਆ ਆਪਾਂ ਹੁਣ ਇਹ ਹੈਗਾ ਮੈਰੀ ਕਿਊਰੀ ਵਾਲਾ ਹਨਾ ਸੋ ਮੈਰੀ ਕਿਊਰੀ ਵਾਲੇ ਦੇ ਵਿੱਚ ਇਹਨੂੰ ਬੱਚਿਆਂ ਨੇ ਥੋੜਾ ਔਖਾ ਲੱਗਿਆ ਇਹ ਵੀ ਤੁਹਾਡੀ ਵਰਕਬੁੱਕ ਤੇ ਅਵੇਲੇਬਲ ਆ ਸੋ ਇੱਥੇ ਹੁਣ ਤੁਸੀਂ ਦੇਖ ਲਓ ਮੈਰੀ ਕਿਊਰੀ ਵਾਸ 1 ਆਫ ਦਾ ਮੋਸਟ ਅਕੰਪਲਿਸ਼ਡ ਸਾਇੰਟਿਸਟ ਇਨ ਹਿਸਟਰੀ ਉੱਥੋਂ ਜਾ ਕੇ ਪੈਰੇ ਨੂੰ ਧਿਆਨ ਨਾਲ ਤੁਸੀਂ ਪੜ ਲੈਣਾ ਠੀਕ ਆ ਆਨਸਰ ਜਿਹੜੇ ਉੱਥੇ ਦਿੱਤੇ ਮੈਨੂੰ ਉਹਦੋਂ ਥੋੜੇ ਕੁਐਸਚਨ ਥੋੜੇ ਡਿਫਰੈਂਟ ਹੋ ਸਕਦੇ ਆ ਉਹ ਵੀ ਸੋਲਵ ਕਰ ਲੈਣਾ ਤੇ ਇਹ ਵਾਲੇ ਵੀ ਦੇਖ ਲੈਣਾ ਓਕੇ ਹੁਣ ਚਲੋ ਜੀ ਆਪਾਂ ਇਹਦਾ ਦੇਖਦੇ ਆ ਆਨਸਰਸ ਫਰਸਟ ਦਾ ਹੈਗਾ ਮੈਰੀ ਕਿਊਰੀ ਇੱਥੇ ਦਾ ਕਿਊਰੀਜ਼ ਆ ਉਹਦੇ ਹਸਬੈਂਡ ਤੇ ਉਹ ਦੋਨਾਂ ਦਾ ਨਾਮ ਲਿਆ ਗਿਆ ਉਹਨਾਂ ਦੀ ਕੋਲੈਬੋਰੇਸ਼ਨ ਸੀ ਜਿਹੜੀ ਹੈਲਪਡ ਟੂ ਅਨਲੌਕ ਦਾ ਸੀਕ੍ਰੈਟ ਆਫ ਐਟਮ ਸੋ ਉਹਨਾਂ ਦੀ ਫਰੈਂਡਲੀ ਹੁਣ ਫਰੈਂਡਲੀ ਲਈ ਇੱਥੇ ਪੈਰੇ ਦੇ ਵਿੱਚ ਤੁਹਾਨੂੰ ਕਿਤੇ ਵੀ ਫਰੈਂਡਲੀ ਵਰਡ ਨਹੀਂ ਮਿਲ ਰਿਹਾ ਇੱਥੇ ਤੁਹਾਨੂੰ ਜਿਹੜਾ ਵਰਡ ਆ ਉਹ ਇਹ ਵਾਲਾਗਾ ਠੀਕ ਪਰ ਇਹਦਾ ਸਿਨਿਮ ਫਰੈਂਡਲੀ ਹੀ ਹੁੰਦਾ ਠੀਕ ਸੋ ਇਸ ਲਈ ਇੱਥੇ ਸਿੱਧਾ ਸ਼ਬਦ ਨਾ ਦੇ ਕੇ ਜੇ ਇਹ ਸਾਨੂੰ ਆਪਸ਼ਨਸ ਹੁੰਦਾ ਤਾਂ ਸੀ ਇਹ ਚੂਜ਼ ਕਰਦੇ ਪਰ ਇੱਥੇ ਦਿੱਤਾ ਨਹੀਂ ਹੋਇਆ ਸੋ ਫਰੈਂਡਲੀ ਸੈਕੰਡ ਦਾ ਮੈਰੀ ਹੈਡ ਆ ਬ੍ਰਾਈਟ ਮਾਈਂਡ ਐਂਡ ਆ ਉੱਥੇ ਗੱਲ ਕੀਤੀ ਗਈ ਸੀਗੀ ਬ੍ਰਾਈਟ ਮਾਈਂਡ ਵਾਲੇ ਦੇ ਨਾਲ ਆ ਸੀ ਬਲਾਈਟ ਹਨਾ ਬਲਾਈਟ ਦਾ ਮਤਲਬ ਵੀ ਲਾਈਟ ਹਾਰਟਡ ਜਾਂ ਕੇਅਰ ਫਰੀ ਵਾਲਾ ਹੁੰਦਾ ਸੋ ਲਾਈਟ ਹਾਰਟਡ ਅਸੀਂ ਚੂਜ਼ ਕਰਾਂਗੇ ਥਰਡ ਆ ਹਾਊ ਡਿਡ ਸ਼ੀ ਫੀਲ ਵੈਨ ਸ਼ੀ ਲਰਨਡ ਥੈਟ ਸ਼ੀ ਹੈਡ ਨਾਟ ਅਟੈਂਡ ਦਾ ਯੂਨੀਵਰਸਿਟੀ ਇਨ ਵਰਸ਼ਾ ਸੋ ਫਿਰ ਉੱਥੇ ਉਹ ਨਾਇਓਡ ਫੀਲ ਕੀਤਾ ਉਹਨੇ ਉੱਥੇ ਉਹਨਾਂ ਨੇ ਹੋਰ ਸ਼ਬਦ ਯੂਜ਼ ਕੀਤਾ ਸੋ ਅਸੀਂ ਇਹਨੂੰ ਇਹ ਚੂਜ਼ ਕਰਾਂਗੇ ਨੈਕਸਟ ਵਰਡ ਆ ਕਵੈਸਚਨ ਆ ਮੈਰੀ ਡੈਸ਼ ਬਾਈ ਲੀਵਿੰਗ ਪੋਲੈਂਡ ਐਂਡ ਟਰੈਵਲਿੰਗ ਟੂ ਫਰਾਂਸ ਟੂ ਐਂਟਰ ਦਾ ਸਵਰਨ ਇਫ ਜਗਾ ਕੀ ਪੈਰਿਸ ਦੇ ਵਿੱਚ ਪੈਰਿਸ ਜੋ ਕਿ ਫਰਾਂਸ ਦੇ ਵਿੱਚ ਆ ਉੱਥੇ ਯੂਨੀਵਰਸਿਟੀ ਦਾ ਜ਼ਿਕਰ ਹੋਇਆ ਵੀ ਜਦੋਂ ਉੱਥੋਂ ਚੱਲੀ ਜਦੋਂ ਉਹ ਛੱਡ ਰਹੀ ਸੀ ਕੀ ਫੀਲ ਕੀਤਾ ਵਾਸ ਡਿਸਟ্রেਸਡ ਸੋ ਡੀ ਆਨਸਰ ਚੂਜ਼ ਕਰਾਂਗੇ ਨੈਕਸਟ ਵਨ ਹੈ ਬੇਟਾ ਹਾਊ ਡਿਡ ਸ਼ੀ ਰਿਮੈਂਬਰ देयर ਜੁਆਇਡ ਟੁਗੇਦਰ ਜਦ ਆਉਦੇ ਹਸਬੰਡ ਤੇ ਉਹਦੀ ਗੱਲ ਹੋ ਰਹੀ ਹੈ ਜਿਹੜਾ ਟਾਈਮ ਉਹਨਾਂ ਨੇ ਇਕੱਠਿਆਂ گزارਿਆ ਉਹਨੂੰ ਕਿਦਾਂ ਯਾਦ ਕਰਦੀ ਹੈ ਉਹ ਹੈਪੀਲੀ ਸੋ ਡੀ ਆਨਸਰ ਆ 6th ਵਨ ਹਰ ਡੈਸ਼ ਬਿਗਨ ਟੂ ਫੀਡ ਵੈਨ ਸ਼ੀ ਰਿਟਰਨ ਟੂ ਦਾ ਸਾਵਨ ਟੂ ਸਕਸੀਡ ਹਰ ਹਸਬੰਡ ਮਤਲਬ ਉਹਦੇ ਹਸਬੰਡ ਦੀ ਡੈਥ ਤੋਂ ਬਾਅਦ ਜਦੋਂ ਉਹ ਉਹਦੀ ਪਲੇਸ ਤੇ ਜੌਬ ਕਰਨਾ ਹੀ ਤਾਂ ਉਹਨੇ ਕਿਦਾਂ ਦਾ ਫੀਲ ਕੀਤਾ ਹਨਾ ਸੋ ਇੱਥੇ ਬੇਟਾ ਇਹ ਵਰਡ ਆ ਜਿਹੜਾ ਇਹਦਾ ਮਤਲਬ ਆ ਨਿਰਾਸ਼ ਜਿਹੜਾ ਮੈਂ ਇੱਥੇ ਚੂਜ਼ ਕੀਤਾ ਹਨਾ ਸੋ ਨਿਰਾਸ਼ ਕਿਉਂ ਹੋਈ ਆ ਕਿਉਂਕਿ ਉਹਨੂੰ ਉਹਦੀ ਜਗ੍ਹਾ ਤੇ ਕੰਮ ਕਰਨਾ ਪਿਆ ਹਨਾ ਸੋ ਇਸ ਵਜ੍ਹਾ ਨਾਲ ਉਹ ਇਸ ਚੀਜ਼ ਨੂੰ ਲੈ ਕੇ ਨਿਰਾਸ਼ ਸੀਗੀ ਠੀਕ ਇਹਨੂੰ ਵਰਡ ਨੂੰ ਬੋਲਣਾ ਕੀ ਹੈ ਡੈਸਲੇਸ਼ਨ ਠੀਕ ਹੈ ਡੈਸਲੇਸ਼ਨ ਓਕੇ ਨੈਕਸਟ ਵਨ ਹੈ ਮੈਰੀ ਕਿਊਰੀ ਵਾਸ ਵਨ ਆਫ ਦਾ ਮੋਸਟ ਡੈਸ਼ ਇਹ ਪਹਿਲੀ ਰੈਂਜੀ ਇਹ ਪਿਆ ਸੀਗਾ ਆਨਸਰ ਹਨਾ ਅਕੰਪਲਿਸ਼ਡ ਸੋ ਸੀ ਆਨਸਰ ਹੈ ਨੈਕਸਟ ਆ ਬੀ ਐਪਰੀਸ਼ੀਏਟ देयर ਹੈਲਪ ਐਂਡ ਕੰਸਰਨ ਇਨ ਥਿਸ ਹਾਰਰਿਬਲ ਡਿਜ਼ਾਸਟਰ ਇਥੇ ਆਊਗਾ फाइन डिजास्टर फाइन ਕਿਦਾਂ ਹੋ ਸਕਦਾ ਪਾਵਰਫੁੱਲ ਜਾਂ ਚੀਅਰਫੁੱਲ ਸੋ ਇੱਥੇ ਹਾਰੀ ਵਾਲੀ ਹੀ ਆਊਗਾ ਆਨਸਰ ਅੱਗੇ ਜਿਹੜੇ ਦੋਨੋਂ ਕੁਐਸਚਨ ਨੇ सिनेनम ਔਰ ਐਂਟਨਮ ਪੁੱਛੇ ਗਏ ਨੇ ਸਮਾਨਾਰਥਿਕ ਸ਼ਬਦ ਜਾਂ ਵਿਰੋਧੀ ਸ਼ਬਦ ਮਿਸਫੋਰਚਨ ਹੁੰਦਾ ਬੈਡ ਲੱਕ ਸੋ ਫੋਰਚਨ ਹੁੰਦਾ ਗੱਲ ਲੱਕੀ ਸੋ ਇਹਨਾਂ ਦੇ ਆਨਸਰ ਨੇ ਓਕੇ ਤੁਹਾਨੂੰ ਦਿਖ ਰਹੇ ਹੋਣੇ ਲਓ ਜੀ ਹੁਣ ਆਪਾਂ ਨੈਕਸਟ ਵਨ ਚੱਲ ਰਹੇ ਹਾਂ ਅਗਲਾ ਫੇਰਾ ਜਿਹੜਾ ਹੈਗਾਗਾ he really did look like a tourist with a camera around his neck and a bottle of sun cream so ye para vi tuhanu uttho mil jada utthe ja ke pad lyo aj mainu pata nahi kyon lagda ke palla vi e bhi shad karaya hoya so de neck de vich ki paaya si bottle of sun cream ki dekh reha si oh baitha kithe si terrace te baitha si brochure dekh reha si sunglasses lagiyan hoyiyan si oh de theek phir ek mysterious stranger aaya oh de kol aaya ohde naal gall kiti car accident di gall ho rahi a ha na ਸੋ ਇਹ ਚੀਜ਼ਾਂ ਨੇ ਉਹਦੀ ਸੌਸਰ ਦੇ ਥੱਲੇ ਉਹਨੇ ਟਿਪ ਫਾਈਂਡ ਕੀਤੀ ਉਹਨੇ ਦੇਖਿਆ ਉਹ ਫਿਰ ਉਦੋਂ ਦੀ ਗੱਲ ਕਰਨ ਲੱਗਾ ਜਿਹਦੇ ਨਾਲ ਐਕਸੀਡੈਂਟ ਹੋਇਆ ਸੀ ਉਹ ਜੁਐਲਰੀ ਸਟੋਰ ਲੁੱਟਣ ਜਾ ਰਿਹਾ ਸੀ ਤੇ ਜਿਹੜਾ ਆਥਰ ਆਉ ਕੀ ਕਰ ਰਿਹਾ ਉਹ ਇੰਟਰਵਿਊ ਦੇਣ ਜਾ ਰਿਹਾ ਸੀ ਸੋ ਇਦਾਂ ਦਾ ਹੁਣ ਆਪਾਂ ਇਹਦੇ ਕੁਐਸਚਨਾਂ ਦੇ ਆਨਸਰਸ ਦੇਖ ਲੈਣੇ ਆ ਉੱਥੋਂ ਧਿਆਨ ਨਾਲ ਪੈਰਾ ਪੜ੍ਹ ਲਿਓ ਹੀ ਹੈਡ ਡੈਸ਼ ਠੀਕ ਅ ਬੋਟਲ ਆਫ ਸਨ ਕਰੀਮ ਸੋ ਇਹ ਹੋ ਗਿਆ ਪਹਿਲੇ ਦਾ ਆਨਸਰ ਉਹਦੇ ਕੋਲੇ ਸੀ ਫਿਰ ਦਾ ਪਾਲੀ ਮੈਨ boss looking at ਕਾਦੇ ਵੱਲ ਦੇਖ ਰਿਹਾ ਸੀ ਉਹ ਬ੍ਰਾਊਚਰ ਵੱਲ ਸੋ ਬੀ ਆਨਸਰ ਥਰਡ ਹਿਸ ਸਨ ਗਲਾਸਸ ਮਾਸਕ ਹਡ ਇਸ ਆਈ ਜੇ ਸਿੱਧਾ ਪਿਆ ਉੱਥੇ ਆਨਸਰ ਸੀਇੰਗ ਡੈਸ਼ ਥਰੋ ਹਿਸ ਹੀਰੋਇਕ ਜੈਸਚਰ ਅੰਬਰਾਊਡ ਫੇਥ ਬੈਕ ਇਨਟੂ ਨੈਰੇਟਰਸ ਲਾਈਫ ਹਿਊਮਨ ਕਾਈਂਡਨੈਸ ਇਹਦਾ ਆਨਸਰ ਹੈ ਵੀ ਉੱਥੇ ਪਿਆ ਅਵੇਲੇਬਲ ਆ ਆਰਾਮ ਨਾਲ ਮਿਲ ਜੂ ਤੁਹਾਨੂੰ ਵੇਅਰ ਵਾਸ ਦਾ ਮਿਸਟਰੀਅਸ ਸਟ੍ਰੇਂਜਰ ਗੋਇੰਗ ਦੈਟ ਨਾਈਟ ਜਿਹੜਾ ਮਿਸਟਰੀਅਸ ਸਟ੍ਰੇਂਜਰ ਸੀ ਉਹ ਕਿੱਥੇ ਜਾ ਰਿਹਾ ਸੀ ਟੂ ਰੋਵਾ ਜੁਐਲਰੀ ਸਟੋਰ ਜੁਐਲਰੀ ਸਟੋਰ ਨੂੰ ਲੁੱਟਣ ਜਾ ਰਿਹਾ ਸੀ ਉਹ ਹੂ ਹੈਡ ਫੇਸਡ ਦਾ ਕਾਰ ਐਕਸੀਡੈਂਟ ਕਿਹਦਾ ਕਾਰ ਐਕਸੀਡੈਂਟ ਕਿਹਦਾ ਹੋਇਆ ਸੀਗਾ ਸਟ੍ਰੇਂਜਰ ਦਾ ਜਨਰੇਟਰ ਦਾ ਇਹ ਆਪਾਂ ਚੈੱਕ ਕਰਦੇ ਹਾਂ ਵੇਟ ਕਰੋ ਹਮਮ ਤੇ ਕਾਰ ਐਕਸੀਡੈਂਟ ਦੀ ਗੱਲ ਹੋਈ ਤਾਂ ਹੈਗੀ ਆ ਹਾਂਜੀ ਆਈ ਥਿੰਕ ਇਹਦਾ ਆਨਸਰ ਸਟ੍ਰੇਂਜਰ ਅਗਰ ਤੁਹਾਨੂੰ ਲੱਗੇ ਕਿ ਇਸਦਾ ਆਨਸਰ ਨੇਰੇਟਰ ਹੋ ਸਕਦਾ ਤਾਂ ਤੁਸੀਂ ਜ਼ਰੂਰ ਦੱਸਣਾ ਮੈਨੂੰ ਓਕੇ ਸੈਵਨਥ ਦਾ ਹੈਗਾ ਵੇਅਰ ਵਾਸ ਦਾ ਨਰੇਟਰ ਗoing that ਨਾਈਟ ਨਰੇਟਰ ਸੀ ਜਿਹੜਾ ਉਸ ਰਾਤ ਕਿੱਥੇ ਜਾ ਰਿਹਾ ਸੀ ਫੋਰ ਐਨ ਇੰਟਰਵਿਊ ਕਿੱਥੇ ਜਾ ਰਿਹਾ ਸੀ ਇੰਟਰਵਿਊ ਤੇ ਜਾ ਰਿਹਾ ਸੀ ਓਕੇ ਨੈਕਸਟ ਵਨ ਆਈ ਡੈਸ਼ ਦਾ ਟਿਪ ਹੀ ਹੈਡ ਲੈਫਟ ਅਨਫੋਲਡਡ ਹੈਨਾ ਹੁਣ ਤੁਸੀਂ ਦੇਖੋ ਜੇ ਉੱਪਰਲਾ ਤੁਸੀਂ ਕੁਐਸਚਨ ਧਿਆਨ ਨਾਲ ਪੜ੍ਹਿਆ ਹੋਵੇ ਫੋਰ ਨਰੇਟਰ ਵਾਲਾ ਆਉ ਕਿੱਥੇ ਜਾ ਰਿਹਾ ਸੀ ਇੰਟਰਵਿਊ ਤੇ ਜਾ ਰਿਹਾ ਸੀ ਕਿ ਐਕਸੀਡੈਂਟ ਵੀ ਤਾਂ ਉਹਦਾ ਹੀ ਹੋਇਆ ਸੀ ਸੋ ਫਿਰ ਇੱਥੇ ਆਨਸਰ ਨਰੇਟਰ ਆ ওকে ਚਲੋ ਨੈਕਸਟ ਵਨ ਆਈ ਡੈਸ਼ ਦ ਟਿਪ ਹੀ ਹੈਡ ਲੈਫਟ ਜਿਹੜੀ ਟਿਪ ਨੂੰ ਅਨਫੋਲਡਡ ਇਹਦਾ ਆਨਸਰ ਹੈ ਵੇਅਰ ਹੈਡ ਦਾ ਪਾਰਟਲੀ ਮੈਨ ਪਲੇਸ ਦ ਟਿਪ ਉਹਨੇ ਟਿਪ ਕਿੱਥੇ ਰੱਖੀ ਸੀ ਅੰਡਰ ਦਾ ਸੌਸਰ ਸੋ ਹੁਣ ਅੱਗੇ ਆ ਗਿਆ ਚੂਜ਼ ਦਾ ਸਟੇਟਮੈਂਟ ਵਿਚ ਇਜ਼ ਫਾਲਸ ਅਕੋਰਡਿੰਗ ਟੂ ਦਾ ਅਬਵ ਪੈਸੇਸ ਸੋ ਕਿਹੜੀ ਆ ਇਹਦੇ ਚ ਨਾਉ ਆਈ ਲਿਵ ਇਨ ਹੈਪੀ ਲਾਈਫ 언 ਹੈਪੀ ਲਾਈਫ ਉਹ ਹੈਪੀ ਲਾਈਫ ਜੀ ਰਹਾ ਇਸ ਲਈ 언 ਹੈਪੀ ਵਾਲਾ ਜਿਹੜਾ ਇਹ ਰੋਂਗ ਹੋ ਗਿਆ ਸੋ ਇਹ ਹੋ ਗਿਆ ਬੇਟਾ ਤੁਹਾਡੇ ਪੈਸੇਸ ਜਿਹੜੇ ਤਿੰਨ ਰਹਿੰਦੇ ਸੀ ਉਹ ਕੰਪਲੀਟ ਨੇ ਮੇਰੇ ਵੱਲੋਂ ਚਾਰੋਂ ਵੀਡੀਓਜ਼ ਦੇ ਵਿੱਚ ਮੈਂ ਸਾਰੇ ਜਿਹੜੇ ਪੈਸੇਸ ਨੇ ਕੰਪਲੀਟ ਕਰਤੇ ਨੇ ਤੁਸੀਂ ਇਹਨਾਂ ਨੂੰ ਧਿਆਨ ਨਾਲ ਦੇਖਣਾ ਇਹ ਤੁਹਾਡੀ ਕਾਫੀ ਮਦਦ ਕਰਨਗੇ ਟਰਮ ਬੰਦ ਦੇ ਪੇਪਰਾਂ ਚ ਤੇ ਆਪਣੇ ਦੋਸਤਾਂ ਨਾਲ ਵੀਡੀਓ ਨੂੰ ਕਰਨਾ ਸ਼ੇਅਰ Till then, bye-bye.